ਪਾਸਪੋਰਟ ਉਹਨਾਂ ਨੇ ਮੇਰੇ ਰੱਖ ਲਿਆ, ਪਾਸਪੋਰਟ ਦੇਣ ਨਾਲ ਜੋ ਸੋਚਿਆ ਨਹੀਂ ਸੀ ਕਈ ਵਾਰੀ ਉਹ ਵੀ ਹੁੰਦਾ, ਚੱਲਦਾ ਸੀ ਅੱਤਵਾਦ ਦਾ ਟਾਈਮ ਚੱਲਦਾ ਸੀ, ਲੋਕ ਇੱਧਰ ਉੱਧਰ ਭੱਜਣ ਲਾ ਕੇ। ਅਖਬਾਰ ਦੇ ਵਿੱਚ ਮੇਰਾ ਲਿਖਿਆ ਸੀ ਕਰ ਗਿਆ ਉਹ ਧੱਕਾ ਬੰਦਾ ਮੇਰੇ ਨਾਲ, ਮੇਰੇ ਲਈ ਉਹ ਮੇਰੀ ਦੋਸਤ ਵੀ ਸੀ, ਮੇਰੀ ਮਾਂ ਵੀ ਸੀ ਔਰ ਮੇਰੀ ਵਾਈਫ ਵੀ ਸੀ। ਇਹ ਕੁਛ ਮੇਰੇ ਨਾਲ ਵਾਪਰਿਆ ਵੀ ਇੱਦਾਂ ਦੀਆਂ ਘਟਨਾਵਾਂ। ਪਰ ਨੀ ਤੂੰ ਛਾ ਗਈ ਸੋਹਣੀ ਏ, ਛਾ ਗਈ ਨੀ ਤੂੰ ਛਾ ਗਈ ਸੋਹਣੀ ਏ, ਉਹ ਕੁੜੀ ਸਾਵਧਾਨ ਇੰਡੀਆ ਤੋਂ ਲੈ ਕੇ ਆਈਡੀਆ ਹੋ ਧੋਖਾ ਦੇਗੀ ਜੱਟ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੱਤੀ ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਦਾ ਪ੍ਰੋਗਰਾਮ ਸੱਤ ਰੰਗ ਸੈਲੀਬ੍ਰਿਟੀ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਰਟ 1 ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸੀ, ਜਿਹਦੇ ਵਿੱਚ ਕਿ ਆਪਾਂ ਪ੍ਰਗਟ ਭਾਗੂ ਜੀ ਦੇ ਨਾਲ ਦਿਲ ਦੀਆਂ ਕਾਫੀ ਸਾਰੀਆਂ ਗੱਲਾਂ ਕੀਤੀਆਂ ਸੀ। ਅਤੇ ਹੁਣ ਉਹਨਾਂ ਗੱਲਾਂ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਪਾਰਟ 2 ਦੇ ਵਿੱਚ। ਅਤੇ ਆਓ ਫਿਰ ਸਵਾਗਤ ਕਰਦੇ ਹਾਂ ਜੀ ਪ੍ਰਗਟ ਭਾਗੂ ਜੀ ਦਾ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਚੈਨਲ ਸਤਰੰਗ ਰਾਹੀਂ ਇਸ ਐਪੀਸੋਡ ਨੂੰ ਬਹੁਤ ਪਿਆਰ ਦਿੱਤਾ ਐਪੀਸੋਡ 1 ਨੂੰ, ਸੋ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡਾ ਸਭ ਦਾ। ਅਤੇ ਇੱਦਾਂ ਹੀ ਤੁਸੀਂ ਪਿਆਰ ਦਿੰਦੇ ਰਹੋਗੇ ਇਹੀ ਉਮੀਦ ਕਰਦਾ ਜੀ। ਅਤੇ ਭਾਅ ਜੀ ਹੁਣ ਆਪਾਂ ਗੱਲਾਂ ਦਾ ਸਿਲਸਿਲਾ ਪਹਿਲਾਂ ਗਾਣੇ ਤੋਂ ਸ਼ੁਰੂ ਕਰਾਂਗੇ। ਲਓ ਜੀ ਬਿਲਕੁਲ, ਗਾਣੇ ਲਈ ਬੈਠੇ ਹਾਂ ਆਪਾਂ, ਕਰਨਾ ਹੋਰ ਕੀ ਹੈ ਜੀ। ਯਾਰਾ ਤੇਰਾ ਦਰਦ ਬੁਰਾ ਗਾਣਾ, ਹਾਏ ਹਾਏ ਹਾਏ, ਕੀ ਉਹ ਜ਼ਰੂਰ ਹੋ ਜਾਏਗਾ ਕਿ ਸਾਰਿਆਂ ਦਾ ਪਸੰਦ ਦਾ ਗਾਣਾ ਜੀ। ਇਹ ਸਾਡੇ ਗੌਰਵ ਤ੍ਰੇਹਨ ਜੀ ਦੀ ਕੰਪਨੀ ਦੇ ਵਿੱਚ ਕੈਟਰੈਕ ਦੇ ਵਿੱਚ ਇਹ ਸੌਂਗ ਆਇਆ ਸੀ ਜੀ, ਤੇ ਤੁਹਾਡੀ ਨਜ਼ਰ ਕਰਦਾ। ਤੇਰੀ ਆਈ ਤੇਰਾ ਵਾਲ ਵਿੰਗਾਨਾ ਹੋਵੇ, ਤੇਰੀ ਆਈ ਹਾਏ ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾਨਾ ਹੋਵੇ, ਹੋ ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾਨਾ ਹੋਵੇ, ਹੋ ਯਾਰਾ ਤੇਰਾ ਦਰਦ ਬੁਰਾ, ਯਾਰਾ ਤੇਰਾ ਦਰਦ ਬੁਰਾ, ਯਾਰਾ ਤੇਰਾ ਦਰਦ ਬੁਰਾ, ਦਿਲ ਦੁਨੀਆ ਤੇ ਚੋਰੀ ਚੋਰੀ ਰੋਵੇ, ਹੋ ਯਾਰਾ ਤੇਰਾ ਦਰਦ ਬੁਰਾ, ਦਿਲ ਦੁਨੀਆ ਤੇ ਚੋਰੀ 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 ਰੋਵੇ। ਬਹੁਤ 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 ਵਧੀਆ। ਅਤੇ ਇੰਟਰਵਿਊ ਦੀ ਜਿਹੜਾ ਪਾਰਟ ਉਹਦੀ ਸ਼ੁਰੂਆਤ ਬਹੁਤ ਹੀ ਵਧੀਆ ਹੋ ਗਈ ਇਸ ਗਾਣੇ ਦੀ। ਥੈਂਕ ਯੂ। ਇਸ ਗਾਣੇ ਦੇ ਬਾਰੇ ਮੈਂ ਦੱਸਣਾ, ਧੀਰਜ ਜੀ ਬੋਂਬੇ ਤੋਂ, ਮੈਂ ਇਹਨਾਂ ਦੇ ਨਾਲ ਕਾਫੀ ਗੈਸਟਾਂ ਦੇ ਵਿੱਚ ਕੰਮ ਕੀਤਾ ਜੀ। ਅਤੇ ਇਹ ਮੈਂ ਜਦੋਂ ਗਾਣਾ ਰਿਕਾਰਡ ਕਰ ਰਿਹਾ ਸੀ, ਮਦਰ ਧੁਨੀ ਸਟੂਡੀਓ ਸੀ ਇੱਥੇ, ਸੰਪਤ ਜੀ ਉਹਦੇ ਰਿਕਾਰਡਿਸਟ ਸੀ ਜੀ। ਅਤੇ ਉਹਨਾਂ ਨੇ ਜਦੋਂ ਗਾਣਾ ਰਿਕਾਰਡ ਕਰਵਾ ਰਹੇ ਸੀ ਤਾਂ ਮੈਨੂੰ ਕੁਛ ਗਾਣੇ 'ਚ ਥੋੜ੍ਹੀ ਜਿਹੀ ਤਬਦੀਲੀ ਲੱਗੀ, ਜੋ ਮੈਂ ਮਾਈਕ ਦੇ ਉੱਤੇ ਖੜਾ ਜੀ, ਕਹਿੰਦਾ ਜੀ ਜਦੋਂ ਕਲਿੱਕ ਔਨ ਹੋ ਗਈ, ਗਾਣਾ ਆਨ ਹੋ ਗਿਆ, ਮੈਂ ਡਬਿੰਗ ਕਰ ਦਿੱਤੀ, ਗਾ ਦਿੱਤਾ, ਉਹਨਾਂ ਨੇ ਆ ਕੇ ਮੈਨੂੰ ਜੱਫੀ ਪਾ ਲਈ ਅਤੇ ਮੈਨੂੰ ਆਪਣੀ ਜੇਬ 'ਚੋਂ 100 ਰੁਪਇਆ ਕੱਢ ਕੇ ਦਿੱਤਾ। ਕਿਆ ਬਾਤ ਹੈ। ਕਹਿੰਦੇ ਤੈਨੂੰ ਕੋਈ ਫਰਕ ਲੱਗਿਆ? ਮੈਂ ਕਿਹਾ ਹਾਂਜੀ। ਕਹਿੰਦੇ ਪਹਿਲਾਂ ਤਾਂ ਅਸੀਂ ਇਹਦੀ ਸੁਰ ਚੇਂਜ ਕੀਤੀ ਸੀ, 1 ਸੁਰ ਉੱਪਰ ਕਰ ਦਿੱਤਾ ਸੀ, ਬਾਕੀ ਕਹਿੰਦੇ ਇੰਨੀ ਖੂਬਸੂਰਤੀ ਨਾਲ ਗਾਇਆ ਤੂੰ, ਕਹਿੰਦੇ ਇੰਨੇ ਦਿਲ ਨਾਲ ਗਾਇਆ ਇਹ ਗਾਣਾ, ਕਹਿੰਦੇ ਤੁਸੀਂ ਅਸੀਂ ਤਾਂ ਪੰਜਾਬੀ ਗਾਣੇ ਕਹਿੰਦੇ ਘੱਟ ਸੁਣਦੇ ਹਾਂ, ਰਿਕਾਰਡ ਤੇ ਕਰਦੇ ਰਹਿੰਦੇ, ਬਿਲਕੁਲ ਬਿਲਕੁਲ, ਪਰ ਕਹਿੰਦੇ ਅਸੀਂ ਵੀ ਇਸ ਗਾਣੇ ਦੇ ਫੈਨ ਹੋ ਗਏ। ਕੀ ਬਾਤ ਹੈ। ਹਾਂਜੀ, ਮੈਨੂੰ ਬੜਾ ਅੱਛਾ ਲੱਗਿਆ ਕਿ ਇੱਕ ਰਿਕਾਰਡਿਸ ਤੁਹਾਨੂੰ ਇਨਾਮ ਵਜੋਂ ਚਾਹੇ 5 ਪੈਸੇ ਵੀ ਦੇ ਦੇਵੇ, ਇੱਕ ਸ਼ਾਬਾਸ਼ੀ ਦੇ ਦੇਵੇ, ਇਹ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ ਹੈ। ਤਾਂ ਉਹਨਾਂ ਨੇ ਮੈਨੂੰ 100 ਰੁਪਇਆ ਸੰਪਤ ਜੀ ਨੇ ਦਿੱਤਾ ਜੀ। ਕਿਆ ਬਾਤ ਹੈ। ਇੱਕ ਇਹ ਤਾਂ ਤੁਸੀਂ ਇੱਕ ਮੈਮਰੀ ਸੁਣਾਈ ਆਪਣੇ ਸਟੂਡੀਓ ਟਾਈਮ ਜੀ, ਹੁਣ ਇੱਕ ਮੈਮਰੀ ਮੈਂ ਪੁੱਛਣਾ ਚਾਹੂੰਗਾ ਲਾਈਫ ਦੇ ਵਿੱਚ, ਜਿਵੇਂ ਜਦੋਂ ਆਪਾਂ ਲਾਈਵ ਸਟੇਜ ਲਗਾਉਂਦੇ ਹਾਂ ਜਾਂ ਸਟੂਡੀਓ ਪਹਿਲੀ ਵਾਰ ਜਾਂਦੇ ਹਾਂ, ਜਾਂ ਕੋਈ ਵੀ ਜਿਹੜੀ ਤੁਸੀਂ ਭੁੱਲ ਨਹੀਂ ਸਕਦੇ, ਕੋਈ ਵੀ ਐਸੀ ਕੋਈ ਯਾਦ? ਸਟੇਜਾਂ ਕਰਦੇ ਨੇ, ਸਟੇਜਾਂ 'ਤੇ ਬਹੁਤ ਕੀਤੀਆਂ ਜੀ, ਅਤੇ ਬੜਾ ਸਟੇਜ ਦੇ ਉੱਤੇ ਇੰਜੋਏ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ। ਮਤਲਬ ਸਾਨੂੰ, ਮੈਂ ਜ਼ਿੰਦਗੀ ਦੇ ਵਿੱਚ ਪਹਿਲਾਂ ਤਾਂ ਦੱਸਣਾ ਚਾਹਾਂਗਾ, ਮੈਂ 7-7 ਘੰਟੇ ਗਾਇਆ ਇੱਕ ਇੱਕ ਦਿਨ ਦੇ ਵਿੱਚ। ਕਿਆ ਬਾਤ। ਅਤੇ ਕਈ ਵਾਰੀ ਇੱਦਾਂ ਨਹੀਂ ਆ, 1-2 ਵਾਰੀ ਹੋਇਆ ਕਿ ਜੋ ਸੋਚਿਆ ਨਹੀਂ ਸੀ ਕਈ ਵਾਰੀ ਉਹ ਵੀ ਹੁੰਦਾ। ਇੱਕ ਵਾਰੀ ਮੇਰੀ ਸਟੇਜ ਲੱਗੀ ਸੀ, ਹੁਣ ਮੇਰੇ ਉਹ ਪਿੰਡ ਤਾਂ ਯਾਦ ਨਹੀਂ ਹੈ, ਸਕੂਲ ਦੇ ਵਿੱਚ ਸਟੇਜ ਲੱਗੀ ਅਤੇ ਬਰਾਤ ਬੈਠੀ ਅਤੇ ਲੋਕ ਇੱਦਾਂ ਦੀਵਾਰਾਂ ਦੇ ਉੱਤੇ ਚੜ੍ਹੇ ਹੋਏ। ਉਦੋਂ ਕੀ ਹੁੰਦਾ ਸੀ, ਉਦੋਂ ਟਾਈਮ ਥੋੜ੍ਹਾ ਜਿਹਾ ਚੱਲਦਾ ਸੀ, ਅੱਤਵਾਦ ਦਾ ਟਾਈਮ ਚੱਲਦਾ ਸੀ,
ਜੀ ਉਹ ਡਰ ਹੁੰਦਾ ਸੀ ਕਿਤੇ ਲੋਕਾਂ ਨੂੰ ਵੀ ਇੱਦਾਂ ਕੋਈ ਘਟਨਾ ਨਾ ਵਾਪਰ ਜਾਵੇ ਅਤੇ ਮੇਰਾ ਪ੍ਰੋਗਰਾਮ ਚੱਲ ਰਿਹਾ ਅਤੇ ਲੋਕਾਂ ਨੇ ਦੀਵਾਰਾਂ ਤੋਂ ਛਾਲਾਂ ਮਾਰੀਆਂ ਦੌੜਨਾ ਸ਼ੁਰੂ ਕਰ ਦਿੱਤਾ ਅਸੀਂ ਦੇਖੀ ਜਾਈਏ ਮੈਂ ਕਿਹਾ ਹੋਈ ਕੀ ਜਾਂਦਾ ਲੋਕ ਇੱਧਰ ਉੱਧਰ ਭੱਜਣ ਲਾ ਕੇ ਰੌਲਾ ਪੈ ਗਿਆ ਜੀ ਮੈਂ ਕਿਹਾ ਵੀ ਇਹ ਤਾਂ ਪੱਕਾ ਅੱਤਵਾਦੀ ਆ ਕੇ ਲੱਗਦੇ ਆ ਇਹਨਾਂ ਨੇ ਕੀ ਹੋਇਆ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਮੱਖੀਆਂ ਉੱਡ ਗਈਆਂ ਮਖਿਆਲ ਆ ਗਿਆ ਉਹ ਜਦੋਂ ਮੱਖੀਆਂ ਆਈਆਂ ਤਾਂ ਮੈਂ ਕਿਹਾ ਉਹਨੂੰ ਭੱਜੀਏ ਕਿੱਧਰ ਭੱਜਾਂਗੇ ਤਾਂ ਮਾਰ ਦੇਣੀਆਂ ਉਹ ਜਿਹੜੀ ਸਟੇਜ ਦੇ ਉੱਤੇ ਚਾਦਰ ਜਿਹੜੀ ਦਰੀ ਵਿਛੀ ਹੈ ਮੈਂ ਚੱਕੀ ਦਰੀ ਉੱਤੇ ਮੈਂ ਤਾਂ ਆਪਣੇ ਆਪ ਨੂੰ ਸਮੇਟ ਲਿਆ ਮੈਂ ਕਿਹਾ ਵੈਸੇ ਕਿਹੋ ਜਿਹਾ ਸੀਨ ਹੈ ਨਾ ਕਿ ਸਿੰਗਰ ਇੱਕ ਜਿਹੜਾ ਆਰਟਿਸਟ ਉੱਥੇ ਮੇਨ ਹੀਰੋ ਹੈਗਾ ਜਿਹੜਾ ਪ੍ਰੋਗਰਾਮ ਦੀ ਜਾਨ ਹੈਗਾ ਤੇ ਹੋਰ ਦਰੀ ਥੱਲੇ ਲੁਕਿਆ ਬੈਠਾ ਇਹਤੇ ਜੇ ਕੋ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਚਨ ਕੀਤੇ ਸੀ ਕਿ ਵਕਤ ਵਿਚਾਰੇ ਸੋ ਬੰਦਾ ਹੋਵੇ ਜੇ ਮੈਂ ਉੱਥੇ ਟੌਰਚ ਰਹਿ ਜਾਂਦਾ ਤਾਂ ਮੇਰਾ ਮੂੰਹ ਸੁੱਜ ਜਾਂਦਾ ਆਪਣੀ ਘਰ ਵਾਲੀ ਨੂੰ ਬਿਊਟੀ ਪਾਰਲਰ ਲੈ ਕੇ ਜਾਂਦਾ ਤੇ ਉਹ ਜਦੋਂ ਬਾਅਦ ਚ ਫੋਨ ਦੇ ਉੱਤੇ ਏਦਾਂ ਵੀਡੀਓ ਦੇਖਦਾ ਹੁੰਦਾ ਕੁਛ ਤੇ ਪਿੱਛੋਂ ਆ ਕੇ ਲੇਡੀ ਕਹਿੰਦੀ ਹੈ ਕਿ ਚਲੋ ਚੱਲੀਏ ਜੀ ਕਹਿੰਦਾ ਜੀ ਮੈਂ ਤਾਂ ਆਪਣੀ ਘਰ ਵਾਲੀ ਨਾਲ ਆਇਆ ਸੀ ਸੋਰੀ ਤੁਸੀਂ ਕਿਸੇ ਹੋਰ ਨੂੰ ਲੱਭ ਦੇਣੀ ਕਹਿੰਦੀ ਮੈਂ ਤੇਰੀ ਘਰ ਵਾਲੀ ਹੋ ਮੈਂ ਮਤਲਬ ਕਿ ਇਹ ਉਹੀ ਗੱਲ ਹੋ ਜਾਣੀ ਸੀ ਕਿ ਜਿਵੇਂ ਤੁਸੀਂ ਕਹਿ ਰਹੇ ਸੁੱਜ ਜਾਣਾ ਸੀ ਘਰਦਿਆਂ ਨੇ ਕਹਿਣਾ ਸੀ ਭੇਜੇ ਤਾਂ ਹੋਰ ਸੀ ਆਪ ਹੀ ਹੋ ਰਹੀ ਬਿਲਕੁਲ ਬਿਲਕੁਲ ਬਾਕੀ ਇੱਕ ਵਾਰੀ ਨਾ ਅਸੀਂ ਗਾਣਾ ਸ਼ੂਟ ਕਰ ਰਹੇ ਸੀ ਜੀ ਤੇ ਥੋੜ੍ਹਾ ਪਹਾੜੀ ਏਰੀਆ ਸੀ ਗਾਣਾ ਸ਼ੂਟ ਕਰਦੇ ਕਰਦੇ ਤੇ ਦੇਖੋ ਉੱਥੇ ਸਪੋਟ ਬੋਏ ਹੁੰਦੇ ਆ ਜਿਹਨਾਂ ਨੇ ਚੱਕ ਕੇ ਲਿਜਾਣਾ ਹੁੰਦਾ ਸਮਾਨ ਆਪਣਾ ਰਿਫਲੈਕਟਰ ਲਾਈਟਮੈਨ ਹਾਂਜੀ ਕਿਉਂਕਿ ਆਰਟਿਸਟ ਆਪਣੇ ਆਪ ਨੂੰ ਸਮਝਦਾ ਮੈਂ ਥੋੜਾ ਚੁੱਕਣੇ ਬਿਲਕੁਲ ਬਿਲਕੁਲ ਕਿਉਂਕਿ ਟੀਮ ਦਾ ਪਾਰਟ ਹੈ ਸਾਰਾ ਹਰ ਇੱਕ ਦਾ ਜੌਬ ਹੈ ਉੱਥੇ ਹੁੰਦਾ ਵੀ ਮਹਾ ਮੈਂ ਅੱਜ ਸਪੈਸ਼ਲ ਜਾ ਵੀ ਥੋੜਾ ਜਿਹਾ ਹੁੰਦਾ ਫੀਲ ਹੈ ਨਾ ਤੇ ਅਸੀਂ ਵੀ ਕਰ ਰਹੇ ਸੀ ਗਾਣਾ ਕਰੀ ਜਾਂਦੇ ਕੀ ਹੋਇਆ ਬਰਸਾਤ ਆ ਗਈ ਇੱਕਦਮ ਅੱਛਾ ਜੀ ਹੁਣ ਮੇਰੇ ਵੀ ਕੱਪੜੇ ਪਾਏ ਆ ਮੈਨੂੰ ਪਤਾ ਸੀ ਸ਼ਾਟ ਦੇਣੇ ਆ ਮੇਰੇ ਕੋਲੇ ਕੋਈ ਚੀਜ਼ ਨਹੀਂ ਸੀ ਲੋਕਾਂ ਨੂੰ ਜੀ ਮੈਂ ਫਿਰ ਉਹ ਤੋਂ ਖੋਹਿਆ ਅੱਛਾ ਕੇ ਬਚਣਗੇ ਮੈਨੂੰ ਦੇ ਮੈਂ ਕਿਹਾ ਮੈਂ ਲੈ ਕੇ ਜਾਵਾਂਗਾ ਮੈਂ ਉੱਪਰ ਲਿਆ ਉਹਦੇ ਮੈਂ ਆਪਦਾ ਬਚਾ ਕੀਤਾ ਵੈਸੇ ਮੈਨੂੰ ਕਹਿੰਦੇ ਮੈਂ ਥੋੜ੍ਹਾ ਚੁੱਕਦਾ ਜੀ ਪਰ ਉਹ ਵਕਤ ਜਦੋਂ ਟਾਈਮ ਕੁਛ ਇੱਦਾਂ ਦਾ ਆ ਜਾਂਦਾ ਤਾਂ ਉਦੋਂ ਤੁਹਾਨੂੰ ਪਤਾ ਨਹੀਂ ਕੀ ਕਰਨਾ ਪੈਂਦਾ ਸਹੀ ਗੱਲ ਹੈ ਟਾਈਮ ਦਾ ਕੁਛ ਨਹੀਂ ਪਤਾ ਬਿਲਕੁਲ ਚਲੋ ਬਹੁਤ ਵਧੀਆ ਤੁਹਾਡੀ ਗੱਲਾਂ ਤੁਹਾਡੀਆਂ ਸੁਣ ਕੇ ਬਹੁਤ ਵਧੀਆ ਲੱਗਿਆ ਜੀ ਅੱਜ ਗੱਲਾਂ ਬਾਤਾਂ ਤੁਸੀਂ ਬਹੁਤ ਘੈਂਟ ਕਰ ਰਹੇ ਹੋ ਤੇ ਜਿਹੜੇ ਆਡੀਅੰਸ ਦੇਖ ਰਹੀ ਉਹਨਾਂ ਨੂੰ ਵੀ ਬਹੁਤ ਕੁਛ ਇਹ ਗੱਲਾਂ ਤੋਂ ਸਿੱਖਣ ਨੂੰ ਬਹੁਤ ਐਕਚੁਅਲੀ ਸਟੇਜ ਕਰਕੇ ਬੜਾ ਮਜ਼ਾ ਆਉਂਦਾ ਸੀ ਜੀ ਮੈਂ ਜਿੰਨਾ ਸਟੇਜ 'ਤੇ ਆਨੰਦ ਲਿਆ ਜਿੰਨਾ ਸਟੇਜ 'ਤੇ ਸਵਾਦ ਲਿਆ ਹਾਏ ਹਾਏ ਮੈਂ ਦੇਖਿਆ ਤੁਹਾਡੀਆਂ ਪੁਰਾਣੀਆਂ ਵੀਡੀਓਜ਼ ਦੇਖੀਆਂ ਪੂਰੇ ਹੀਰੋ ਡੈਸ਼ਿੰਗ ਲੁੱਕ ਹੁਣ ਵੀ ਐਂਡ ਪੂਰੇ ਘੈਂਟ ਤੇ ਪਰ ਉਦੋਂ ਇੱਕ ਜਵਾਨੀ ਦੀ ਫਿਰ ਵੀ ਗੱਲ ਹੋਰ ਵੱਖਰੀ ਹੁੰਦੀ ਹੈ ਥੋੜ੍ਹੀ ਮੈਨੂੰ ਕਈ ਬੰਦੇ ਕਹਿ ਦਿੰਦੇ ਕਈ ਕਿਉਂਕਿ ਜ਼ੋਰ ਬਹੁਤ ਲੱਗਦਾ ਸੀ ਹਾਂਜੀ ਅਤੇ ਮੈਂ ਪਿੱਛੇ ਕੋਰਸ ਵਾਲੇ ਦੇ ਪੇਪਰਵਾ ਪ੍ਰੋਗਰਾਮ ਮੈਂ ਖੁਦ ਹੀ ਚੱਲਦਾ ਹੁੰਦਾ ਜੀ ਔਰ 4 ਘੰਟੇ ਦਾ ਸਾਡਾ ਨੋਰਮਲ ਪ੍ਰੋਗਰਾਮ ਹੁੰਦਾ ਹੁੰਦਾ ਸੀ ਮੇਰਾ ਨਾ ਮੈਨੂੰ ਗੁਰਦਾਸ ਭਾਅ ਜੀ ਨੇ ਇੱਕ ਵਾਰੀ ਕਿਹਾ ਕਹਿੰਦੇ ਪ੍ਰਗਟ ਕਹਿੰਦੇ ਇੱਕ ਪ੍ਰੋਗਰਾਮ ਕਰੀ ਜ਼ਿੰਦਗੀ 'ਚ ਇੱਕ 'ਚ ਨਿਭਿਆਵੇਂ ਨਾ ਉਹੀ ਬਹੁਤ ਹੈ ਮੈਂ ਉਹ ਗੱਲ ਪੱਲੇ ਮੰਨ ਲਈ ਵੈਸੇ ਮੈਂ ਜਿੱਥੇ 2 ਪ੍ਰੋਗਰਾਮ ਕੀਤੇ ਮੈਨੂੰ ਦਿੱਕਤ ਆਈ ਮੈਨੂੰ ਅੱਛਾ ਨਹੀਂ ਲੱਗਿਆ ਜੀ ਹਾਂ ਇਹ ਵੀ ਗੱਲ ਪੁੱਛਣੀ ਸੀ ਕਿਉਂਕਿ ਅਕਸਰ ਬਹੁਤ ਹੀ ਪਾਪੂਲਰ ਹੈ ਤੇ ਹਰ ਇੰਟਰਵਿਊਜ਼ ਦੇ ਵਿੱਚ ਗੱਲਬਾਤ ਹੁੰਦੀ ਵੀ ਰਹਿੰਦੀ ਹੈ ਜਿਹੜੇ ਪੁਰਾਣੇ ਆਰਟਿਸਟ ਹੈਗੇ ਆ ਉਹਨਾਂ ਨਾਲ ਅਕਸਰ ਇਹ ਗੱਲ ਹੁੰਦੀ ਹੈ ਕਿ ਪ੍ਰੋਗਰਾਮਸ ਦੀ ਕਿ ਤੁਸੀਂ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਵੀ ਕੋਈ ਕਹਿੰਦਾ ਮੈਂ 35 ਪ੍ਰੋਗਰਾਮ ਲਾਏ ਮਹੀਨੇ ਦੇ ਕੋਈ ਕਹਿੰਦਾ ਮੈਂ 40 ਲਗਾਏ ਆ ਜੀ ਜੀ ਇਹ ਹੁੰਦਾ ਰਹਿੰਦਾ ਸੀ ਮੈਂ ਤਾਂ ਦੇਖੋ ਜੀ ਮੈਂ ਲੋਕਾਂ ਬਾਰੇ ਨਹੀਂ ਕਹਿ ਸਕਦਾ ਕਿ ਉਹ ਕਿਸ ਤਰ੍ਹਾਂ ਲਗਾਉਂਦੇ ਆ ਦੋ ਦੋ ਪ੍ਰੋਗਰਾਮ ਤੇ ਬਾਕੀ ਐਨਰਜੀ ਦੀ ਗੱਲ ਹੋ ਸਕਦਾ ਜੀ 3 ਵੀ ਲਗਾਉਂਦੇ ਹਨ ਇਹ ਜੀ ਵੀ ਹੈ ਪਰ ਕੀ ਹੈ ਕਿ ਜਿਸ ਤੋਂ ਤੁਸੀਂ ਪੈਸਾ ਲੈ ਲਿਆ ਜੀ ਜਦੋਂ ਤੁਸੀਂ 2 ਪ੍ਰੋਗਰਾਮ ਕਰਨੇ ਆ ਨਾ ਤੁਸੀਂ ਪਹਿਲੇ ਪ੍ਰੋਗਰਾਮ 'ਤੇ ਆਪਣੀ ਐਨਰਜੀ ਬਚਾਉਣੀ ਸ਼ੁਰੂ ਕਰ ਦਿਓਗੇ ਤੁਹਾਨੂੰ ਪਤਾ ਮੇਰਾ ਨੈਕਸਟ ਪ੍ਰੋਗਰਾਮ ਹੈ ਹਾਂਜੀ ਤੁਹਾਡਾ ਧਿਆਨ ਦੂਸਰੇ ਪ੍ਰੋਗਰਾਮ ਵੱਲ ਹੋਊਗਾ ਤੁਹਾਡਾ ਉਦੋਂ ਬੁੱਤ ਖੜਾ ਹੋਏਗਾ ਉੱਥੇ ਧਿਆਨ ਤੁਹਾਡਾ ਦੂਸਰੇ ਪ੍ਰੋਗਰਾਮ 'ਚ ਹੋਏਗਾ ਮੈਂ ਉੱਥੇ ਟਾਈਮ ਸਿਰ ਪਹੁੰਚਣਾ ਜੀ ਮੈਂ ਉੱਥੇ ਗਲਾ ਵੀ ਸਹੀ ਰੱਖਣਾ ਅਤੇ ਇਹ ਚੀਜ਼ਾਂ ਸਾਰੀਆਂ ਚੱਲਦੀਆਂ ਡਿਸਟਰਬ ਕਰਦੀਆਂ ਕਿਤੇ ਨਾ ਕਿਤੇ ਹਨਾ ਹਾਂਜੀ ਮੈਂ ਕਰਦਾ ਹੁੰਦਾ ਸੀ ਮੈਂ ਕਿਹਾ ਸਿੰਗਲ ਪ੍ਰੋਗਰਾਮ ਕਰਨਾ ਕੋਈ ਟੈਨਸ਼ਨ ਨਹੀਂ ਅਗਲੇ ਦੇ ਟਾਈਮ ਸਿਰ ਜਾਣਾ ਸੀ ਜੀ ਉਸ ਤੋਂ ਬਾਅਦ ਸਿੰਗਲ ਪ੍ਰੋਗਰਾਮ ਕਰਨਾ ਉੱਥੇ ਮੈਂ ਉੱਥੇ 4 ਘੰਟੇ ਲਵਾਉਣ 5 ਲਵਾਉਣ 3 ਲਵਾਉਣ 2 ਲਵਾਉਣ ਉੱਥੇ ਜਦੋਂ ਅਗਲੇ ਸਾਨੂੰ ਪਰਿਵਾਰ ਕਹਿੰਦਾ ਹੁੰਦਾ ਸੀ ਜੀ ਹੁਣ ਬਸ ਕਰੋ ਅਸੀਂ ਉਦੋਂ ਬਸ ਕਰਦੇ ਹੁੰਦੇ ਸੀ ਸਾਡੀ ਤਸੱਲੀ ਇਸ ਗੱਲ 'ਚ ਹੁੰਦੀ ਸੀ ਵੀ ਅਸੀਂ ਘੱਟੋ ਘੱਟ ਜਿਹੜਾ ਪੈਸਾ ਲੈ ਕੇ ਜਾ ਰਹੇ ਹਾਂ ਨਾ ਮੈਨੂੰ ਇਹ ਹੁੰਦਾ ਸੀ ਇਹ ਪੈਸਾ ਮਿਲ ਜਾ ਕੇ ਇਹ ਨਾ ਹੋਵੇ ਕਿ ਮੈਨੂੰ ਹੀ ਖਾਣ ਲੱਗ ਜਾਏ ਜੀ ਬਿਲਕੁਲ ਮੇਰੀ ਇਹਨਾਂ ਨੂੰ ਸੈਟੀਸਫਾਈ ਕਰਨਾ ਜ਼ਰੂਰੀ ਹੈ ਜਿਹੜੇ ਸਾਡੇ ਸੀ ਵੀ ਜਿੱਥੋਂ ਪੈਸਾ ਲਿਆ ਉਹ ਮੇਰੇ ਤੋਂ ਸੈਟੀਸਫਾਈ ਹੋਣ
ਬਿਲਕੁਲ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਵਿਆਹਾਂ ਦੇ ਪ੍ਰੋਗਰਾਮ ਲਗਾਉਂਦੇ ਸੀਗੇ, ਕੋਈ ਵਿਆਹਾਂ ਦੇ ਐਸਾ ਗਾਣਾ ਜਿਹੜਾ ਤੁਹਾਨੂੰ ਵਾਰ ਵਾਰ ਫਰਮਾਇਸ਼ ਆਉਂਦੀ ਸੀਗੀ, ਤੇ ਹੁਣ ਆਪਾਂ ਉਹ ਸੁਣਾਂਗੇ ਪ੍ਰੋਗਰਾਮ ਦੇ ਵਿੱਚ। ਹੋ ਮੁੰਡਿਆਂ ਦੀਆਂ ਨਜ਼ਰਾਂ ਤੇਰੇ ਤੇ, ਮੁੰਡਿਆਂ ਦੀਆਂ ਨਜ਼ਰਾਂ ਤੇਰੇ ਤੇ, ਚੰਨ ਵਰਗੇ ਸੋਹਣੇ ਚਿਹਰੇ ਤੇ, ਸਭ ਦੇ ਦਿਲ ਨੂੰ ਪਾ ਗਈ ਨੀ ਤੂੰ ਛਾ ਗਈ ਸੋਹਣੀ, ਛਾ ਗਈ ਛਾ ਗਈ ਛਾ ਗਈ ਨੀ ਤੂੰ ਛਾ ਗਈ ਸੋਹਣੀ। ਪੰਜ ਗਜ ਕੁੜਤੀ ਪੰਜਾਹ ਗਜ ਲਹਿੰਗਾ, ਲਹਿੰਗੇ ਦਾ ਭਾਰ ਤੇਰਾ ਲੱਕ ਨਹੀਂ ਉਹ ਸਹਿੰਦਾ, ਨੱਚ ਕੇ ਧਮਾਲਾਂ ਪਾ ਗਈ ਨੀ ਤੂੰ ਛਾ ਗਈ ਸੋਹਣੀ ਏ, ਛਾ ਗਈ ਛਾ ਗਈ ਛਾ ਗਈ ਨੀ ਤੂੰ ਛਾ ਗਈ ਸੋਹਣੀ ਏ, ਛਾ ਗਈ ਛਾ ਗਈ ਛਾ ਗਈ ਨੀ ਤੂੰ ਛਾ ਗਈ ਸੋਹਣੀ ਏ। ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਤੁਹਾਡਾ, ਤੇ ਮਾਹੌਲ ਹੋਰ ਹੀ ਵਧੀਆ ਬਣ ਗਿਆ। ਮਿਊਜ਼ਿਕ ਜਸਪਾਲ ਮੋਨੀ ਜੀ ਨੇ ਕੀਤਾ ਸੀ। ਅੱਛਾ ਹਾਂਜੀ, ਮੇਰੇ ਬਹੁਤ ਪਿਆਰੇ ਟੀਮ ਦਾ ਨਾਮ ਲੈਣਾ ਬਣਦਾ ਕਿਉਂਕਿ ਟੀਮ ਦੀਆਂ ਬਹੁਤ ਹਾਂਜੀ ਹਾਂਜੀ ਸਪੋਰਟ ਹੁੰਦੀ ਹੈ। ਜਸਪਾਲ ਮੋਨੀ ਜੀ ਤਾਂ ਮੇਰੇ ਬਹੁਤ ਪਿਆਰੇ ਮਿੱਤਰ, ਫੈਮਿਲੀ ਰਿਲੇਸ਼ਨ ਵੀ ਆ ਨਾਲ ਜੀ, ਤੇ ਬਹੁਤ ਉਹਨਾਂ ਨੇ ਇਹਦੇ ਤੇ ਮਿਹਨਤ ਕੀਤੀ ਸੀ, ਇਹ ਗਾਣਾ ਬਹੁਤ ਅੱਛਾ ਬਣਾਇਆ ਸੀ ਜੀ, ਪੂਰੀ ਉਦੋਂ ਉਹਨਾਂ ਨੇ ਐਲਬਮ ਕੀਤੀ ਸੀ ਜੀ। ਅਤੇ ਐਲਬਮਸ ਦੀ ਹੁਣ ਆਪਾਂ ਤੁਸੀਂ ਗੱਲ ਛੇੜੀ ਹੈ ਕਿ ਐਲਬਮਸ ਜਿਵੇਂ ਢੋਲਣਾ ਮੇਰਾ ਢੋਲ ਪਟਵਾਰੀ, ਬਹੁਤ ਸਾਰੀਆਂ ਐਲਬਮਸ ਤੁਸੀਂ ਦਿੱਤੀਆਂ ਇੰਡਸਟਰੀ ਦੇ ਵਿੱਚ, ਅਤੇ ਹੁਣ ਐਲਬਮ ਕੁਛ ਨਵਾਂ ਕੁਛ ਲੈ ਕੇ ਕੀ ਆ ਰਹੇ ਹੋ, ਕਿਉਂਕਿ ਗੈਪ ਬਹੁਤ ਜ਼ਿਆਦਾ ਹੋ ਗਿਆ ਅਤੇ ਤੁਹਾਡੇ ਫੈਨਸ ਨੂੰ ਬਹੁਤ ਉਮੀਦਾਂ ਵੀ ਨੇ ਅਤੇ ਉਡੀਕਾਂ ਵੀ ਨੇ। ਹਾਂਜੀ ਹਾਂਜੀ, ਗਾਣੇ ਨਾ ਇਹ ਸਿਲਸਿਲਾ ਕਦੇ ਵੀ ਆਰਟਿਸਟ ਦਾ ਰੁਕਦਾ ਨਹੀਂ ਹੈ ਜੀ, ਅਤੇ ਉਹ ਕੀ ਹੈ ਕਿ ਕਈ ਚੀਜ਼ਾਂ ਲੋਕਾਂ ਤੱਕ ਜਦ ਤੱਕ ਹਜੇ ਆਈਆਂ ਨਹੀਂ ਹੁੰਦੀਆਂ, ਹਾਂਜੀ, ਤਾਂ ਉਹਨਾਂ ਨੂੰ ਇਹ ਹੁੰਦਾ ਕਿ ਚੁੱਪ ਕਰਿਆ ਬੈਠਾ, ਚੁੱਪ ਨਹੀਂ ਕਦੇ ਵੀ ਕਰਦੇ ਹੁਣ ਜੀ, ਤਾਂ ਅਸੀਂ ਕਿਉਂਕਿ ਘਰ ਹੀ ਆਪਣੇ ਸੈਟਅਪ ਲੱਗਿਆ ਸਟੂਡੀਓ ਹੈਗਾ ਜੀ, ਤਾਂ ਬੇਟਾ ਰੁਖਸਾਰ ਜੀ ਬਹੁਤ ਵਧੀਆ, ਮੈਂ ਦੇਖਿਆ ਪਿੱਛੇ ਜਿਹੜਾ ਇੰਤਜ਼ਾਰ ਗਾਣਾ ਆਇਆ ਸੀਗਾ, ਤੇ ਉਸ ਤੋਂ ਬਾਅਦ ਇੱਕ ਹੋਰ ਗਾਣਾ ਬਾਪੂ ਗਾਣਾ ਕੀਤਾ ਸੀ, ਉਹਨੇ ਮਹਿੰਗਾ ਕੀਤਾ ਸੀ, ਕੁਝ ਗਾਣੇ ਕਾਫੀ ਵੈਸਟਰਨ ਦੇ ਵਿੱਚ ਵੀ ਕਰੇ ਪਏ ਆ, ਤੇ ਉਹ ਚੱਲਦਾ ਰਹਿੰਦਾ ਸਿਲਸਿਲਾ। ਮੈਂ ਦੇਖਿਆ ਤੁਸੀਂ ਪਿਓ ਪੁੱਤ ਦੋਵੇਂ ਲੱਗੇ ਹੋਏ ਆ ਵਧੀਆ ਤਰੀਕੇ ਦੇ ਨਾਲ, ਤੇ ਕੁਛ ਨਾ ਕੁਛ ਸੱਪ ਕੱਢ ਕੇ ਛੱਡੋਗੇ ਨਾ ਵੀ, ਸਾਡਾ ਇਹ ਕੰਮ ਹੈ। ਦੇਖੋ ਜਿੱਥੇ ਇਹ ਹੈ ਕਿ ਅਸੀਂ ਜੋ ਵੀ ਸਰੋਤਿਆਂ ਤੋਂ ਜਿੰਨਾ ਚਿਰ ਦੂਰ ਰਹੇ ਹਾਂ ਉਹਨੂੰ ਇਹ ਉਹਨਾਂ ਨੂੰ ਦੇਣਾ ਹੈ ਜੀ, ਬਿਲਕੁਲ ਜੋ ਬਣਦਾ ਨਾ ਸਾਡਾ ਜੋ ਆਰਟਿਸਟ ਦਾ ਫਰਜ਼ ਹੈ। ਹਾਂਜੀ, ਕਿਉਂਕਿ ਉਹਨਾਂ ਨੇ ਸਾਨੂੰ ਪਿਆਰ ਕੀਤਾ, ਹਾਂਜੀ ਉਹ ਅੱਜ ਵੀ ਕਰਦੇ ਹੈ, ਅਤੇ ਕਈਆਂ ਨੂੰ ਨਾਰਾਜ਼ਗੀ ਵੀ ਹੁੰਦੀ ਹੈ, ਕੋਈ ਗੱਲ ਨਹੀਂ, ਉਹ ਆਪਸ ਵਿੱਚ ਆਪਣੇ ਹੁੰਦਾ ਹੀ ਹੈ, ਪਰਿਵਾਰ ਦੇ ਮੈਂਬਰ ਹੈ, ਅਤੇ ਉਹ ਰਿਕਵਰੀ ਜ਼ਰੂਰ ਕਰਾਂਗੇ। ਗਾਣੇ ਚੱਲ ਰਹੇ, ਗਾਣੇ ਅੱਛੇ ਅੱਛੇ ਗਾਣੇ ਅਸੀਂ ਕਰੇ ਪਏ ਹੈ, ਬਾਕੀ ਦੇਖਦੇ ਉਹਨਾਂ ਨੂੰ ਕਿਸ ਹਿਸਾਬ ਨਾਲ ਰਿਲੀਜ਼ ਕਰਨਾ, ਵਧੀਆ ਤਰੀਕੇ ਨਾਲ ਰਿਲੀਜ਼ ਕਰਾਂਗੇ ਜੀ। ਹਾਂ, ਤੇ ਹੁਣ ਇਸੇ ਸਾਲ ਜੇ ਆਪਾਂ ਗੱਲ ਕਰੀਏ ਇੱਕ ਦੁੱਲਾ ਵੈਲੀ ਮੂਵੀ ਆਈ ਸੀਗੀ ਇਹਨਾਂ ਯੋਗਰਾਜ ਜੀ ਅਤੇ ਗੁੱਗੂ ਗਿੱਲ ਭਾਅ ਜੀ ਦੀ, ਅਤੇ ਉਹਦੇ ਵਿੱਚ ਤੁਹਾਡਾ ਗਾਣਾ ਸੀਗਾ ਦੋਵਾਂ ਦਾ ਜੀ ਜੀ ਜੀ, ਹੈ ਨਾ ਜੀ। ਹਾਂਜੀ, ਉਹ ਮੈਂ ਅਤੇ ਰੁਕਸ ਨੇ ਗਾਣਾ ਕੀਤਾ ਸੀ, ਅਤੇ ਉਹ ਸ਼ੇਰਾਂ ਜਿਹੇ ਜਿਗਰੇ ਨੇ ਹੁੰਦੇ ਜੱਟਾਂ ਦੇ, ਹਾਂ ਜੀ, ਨਿਭਾਉਂਦੇ ਸਿਰਾਂ ਨਾਲ ਜਾ ਰਹੀਆਂ ਉਹਦੀਆਂ, ਫਿਰ ਦੋ ਕਲਾਈਨਾਂ ਹੁਣ ਨਾਲ ਹੀ ਜੀ। ਹੋ ਸ਼ੇਰਾਂ ਜਿਹੇ ਜਿਗਰੇ ਨੇ ਹੁੰਦੇ ਜੱਟਾਂ ਦੇ, ਲਾ ਕੇ ਨਿਭਾਉਂਦੇ ਸਿਰਾਂ ਨਾਲ ਯਾਰੀਆਂ, ਸ਼ੇਰਾਂ ਜਿਹੇ ਜਿਗਰੇ ਨੇ ਹੁੰਦੇ ਜੱਟਾਂ ਦੇ, ਲਾ ਕੇ ਨਿਭਾਉਂਦੇ ਸਿਰਾਂ ਨਾਲ ਯਾਰੀਆਂ, ਲਾ ਕੇ ਨਿਭਾਉਂਦੇ ਸਿਰਾਂ ਨਾਲ ਯਾਰੀਆਂ। ਬਹੁਤ ਘੈਂਟ ਬਹੁਤ ਘੈਂਟ ਜੀ, ਮੈਂ ਗਾਣੇ ਐਕਚੁਅਲੀ ਜ਼ਿਆਦਾ ਤਾਂ ਸੁਣ ਰਿਹਾ ਕਿਉਂਕਿ ਤੁਹਾਡੀ ਬਹੁਤ ਦੇਰ ਤੋਂ ਵੇਟ ਸੀਗੀ ਤੁਹਾਡੇ, ਬਿਲਕੁਲ ਬਿਲਕੁਲ ਬਿਲਕੁਲ, ਕਿ ਤੁਹਾਨੂੰ ਰੂਬਰੂ ਕੀਤਾ ਜਾਵੇ ਦਰਸ਼ਕਾਂ ਦੇ, ਅਤੇ ਬਹੁਤ ਸਾਰੀਆਂ ਗੱਲਾਂ ਅਤੇ ਤੁਹਾਡੇ ਗਾਣੇ ਸੁਣੇ। ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਜੀ, ਰੁਕਸ ਨੇ ਕੀਤਾ ਸੀ ਬਾਪੂ ਗਾਣਾ, ਹਾਂਜੀ ਬਹੁਤ ਪਿਆਰਾ। ਹਰ ਇੱਕ ਦੀ ਨਾ ਇੱਕ ਤਮੰਨਾ ਹੁੰਦੀ ਹੈ ਕਿ ਮੈਂ, ਮੇਰੇ ਫਾਦਰ ਨੇ ਮੇਰੇ ਲਈ ਕੀਤਾ ਤਾਂ ਮੈਂ ਇਸ ਤੋਂ ਵੱਧ ਕੇ ਤੇਰੇ ਲਈ ਕਰਾਂ, ਉਹ ਸੌਂਗ ਹੈ ਜੀ, ਉਹ ਹੈ ਕਿਵੇਂ ਭੁੱਲ ਜਾਵਾਂ ਅਹਿਸਾਨ ਤੇਰੇ, ਇਹੋ ਦਿਲ ਵਿੱਚ ਨੇ ਅਰਮਾਨ ਮੇਰੇ, ਦੁਨੀਆਂ ਦੀ ਸਾਰੀ ਦੌਲਤ ਲਿਆ ਤੇਰੇ ਕਦਮਾਂ ਦੇ ਵਿੱਚ ਧਰ ਦੇਵਾਂ, ਦਿਲ ਕਰਦਾ ਬਾਪੂ, ਦਿਲ ਕਰਦਾ ਬਾਪੂ ਮੈਂ ਤੇਰੀ ਹਰ ਖੁਆਇਸ਼ ਪੂਰੀ ਕਰ ਦੇਵਾਂ, ਦਿਲ ਕਰਦਾ ਮਾਏ ਮੈਂ ਤੇਰੀ ਹਰ ਖੁਆਇਸ਼ ਪੂਰੀ ਕਰ ਦੇਵਾਂ, ਦਿਲ ਕਰਦਾ ਬਾਪੂ ਮੈਂ ਤੇਰੀ ਹਰ ਖੁਆਇਸ਼ ਪੂਰੀ ਕਰ ਦੇਵਾਂ।
क्या बात है, बहुत ही वधिया गाना बापू हर एक माँ ते प्यो नूं डेडिकेटेड है। तो हुण आपां गल्लां पता करदे हां अगे फिल्मां दीआं, कोई गाणिआं दीआं हो गईआं तो फिल्मां दी वी करनी बणदी है। तो मैं पहला जिक्र किया सीगा कि तुहाडी लुक पूरी हीरो वाली दहशती लुक, तो फिल्मां वी तुसीं बहुत वधिया वधिया कीतीआं, नैण प्रीतो दे ते जैलदार ते होर काफ़ी फिल्मां तुसीं कीतीआं, तो हुण फिल्मां दा सिलसिला चलेगा अगे जां कोई ऑफर्स वगैरह आ रही? हाँ बिल्कुल, एक जिस तरह पिछे दुल्ला वैली दे विच भी अपना गल हुई सी कि जी ओदे विच गाना कीता। हाँ जी, तो मैं ओदे विच उन्होंने ऑफर भी कीता सी, कहिंदे तुसीं रोल भी करो, तो मेरी कुछ थोड़ी जी प्रॉब्लम सी तो मैं ओदा करके ओ कर नहीं पाया जी। ते बाकी हुण भी फिल्मां करनी आपां, ते इदां दा हो भी रहा, आ भी रही है ऑफर्स, चल रही है। बिल्कुल बिल्कुल, ਇਹਦਾ ਮਤਲਬ ਕਿ ਗਾਣਿਆਂ ਦੇ ਨਾਲ ਨਾਲ ਫਿਲਮਾਂ ਚ ਵੀ। ਮਿੱਤਰਾਂ ਨੇ ਮੈਨੂੰ ਕਿਹਾ ਵੀ ਇਦਾਂ ਕਰਕੇ ਤੁਸੀਂ, ਮੈਂ ਕਿਹਾ ਜੀ ਬਿਲਕੁਲ ਤਿਆਰ ਹਾਂ, ਅਤੇ ਆਪਾਂ ਤਾਂ ਉਵੇਂ ਹੀ ਜਿਵੇਂ ਪਹਿਲਾਂ ਸੀ ਉੱਦਾਂ ਹੀ ਹੈਗੀ ਹੈ, ਫਿਰ ਖਿੱਚ ਦੇਣਾ ਕੰਮ। ਹਾਂਜੀ, ਕਿਉਂਕਿ ਪਹਿਲਾਂ ਮੈਂ 94 ਦੇ ਵਿੱਚ ਇਹ ਫਿਲਮ ਉੱਥੋਂ ਸ਼ੁਰੂ ਕੀਤੀਆਂ ਸੀ। ਹਾਂਜੀ, ਨੈਣ ਪ੍ਰੀਤੋ ਦੇ ਜ਼ੈਲਦਾਰ ਧਰਮ ਜੱਟ ਦਾ, ਅਤੇ ਉਦੋਂ ਮਤਲਬ ਇੱਕ ਮੈਨੂੰ ਬੜਾ ਅੱਛਾ ਲੱਗਿਆ ਸੀ ਜਦੋਂ ਅਖਬਾਰ ਦੇ ਵਿੱਚ ਮੇਰਾ ਲਿਖਿਆ ਸੀ ਗਾਇਕ ਤੇ ਨਾਇਕ ਪ੍ਰਗਟ ਪੱਗ ਜੀ, ਤਾਂ ਮੈਨੂੰ ਉਸ ਦਿਨ ਬਹੁਤ ਖੁਸ਼ੀ ਹੋਈ ਸੀ, ਚਲੋ ਇਹ ਚੀਜ਼ ਦਾ ਰੁਤਬਾ ਵੀ ਮੈਨੂੰ ਮਿਲਿਆ, ਤੇ ਦਰਸ਼ਕਾਂ ਨੇ ਉਹ ਫਿਲਮਾਂ ਪਸੰਦ ਵੀ ਕੀਤੀਆਂ ਜੀ, ਮੈਂ ਸ਼ੁਕਰਗੁਜ਼ਾਰ ਹਾਂ। ਕਿਉਂਕਿ ਬਹੁਤ ਘੱਟ ਹੁੰਦਾ ਇੱਦਾਂ ਕਿ ਇੱਕ ਸਿੰਗਰ ਐਜ਼ ਐਨ ਐਕਟਰ ਵੀ ਕਾਮਯਾਬ ਹੋਵੇ। ਹਾਂਜੀ ਹਾਂਜੀ, ਉਸ ਵੇਲੇ ਤਾਂ ਨਾ ਮੈਂ ਜਿਹੜੀ ਨੈਣ ਪ੍ਰੀਤੋ ਦੇ ਫਿਲਮ ਕੀਤੀ ਸੀ ਇਹ ਕਾਫ਼ੀ ਅੱਛੀ ਮੂਵੀ ਗਈ ਸੀ ਜੀ, ਅਤੇ ਯੋਗ ਭਾਜੀ ਸੀ, ਦੂਸਰੀ ਜ਼ੈਲਦਾਰ ਦੇ ਵਿੱਚ ਗੁੱਗੂ ਭਾਜੀ ਸੀ ਜੀ, ਅਤੇ ਤੀਸਰੀ ਧਰਮ ਜੱਟ ਦਾ ਸੁਖਜਿੰਦਰ ਸ਼ੇਰਾ ਜੀ ਸੀ ਜੀ। ਅਤੇ ਉਦੋਂ ਇਹ ਫਿਲਮ ਮੈਂ ਕੀਤੀ ਸੀ ਨੈਣ ਪ੍ਰੀਤੋ ਦੇ ਰਵਿੰਦਰ ਮਾਨ ਨਾਲ ਜੀ, ਤਾਂ ਲੋਕਾਂ ਨੇ ਉਦੋਂ ਬੜਾ ਕਿਹਾ ਸੀ, ਕਹਿੰਦੇ ਤੁਹਾਡੀ ਜੋੜੀ ਬੜੀ ਜੱਚਦੀ ਹੈ ਯਾਰ, ਅਤੇ ਪਰ ਮੈਨੂੰ ਉਦੋਂ ਥੋੜ੍ਹਾ ਜਿਹਾ ਐਡਜਸਟਮੈਂਟ ਕਰਨੀ ਔਖੀ ਹੋ ਰਹੀ ਸੀ ਕਿਉਂਕਿ ਸ਼ੋਅ ਸੀ, ਅਤੇ ਉਹ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਦੇ ਸੀ ਉਹ ਕੀ ਹੋਇਆ ਕਿ ਉਹ ਮੈਨੂੰ ਸ਼ੋਅ ਛੱਡਣੇ ਪਏ ਜੀ। ਅਤੇ ਹੈਰਾਨੀ ਦੀ ਗੱਲ ਇਹ ਸੀ ਨੈਣ ਪ੍ਰੀਤ ਦੇ ਵਿੱਚ ਵੀ ਜਿਹੜੇ ਮੈਂ ਉਹ 5-6 ਸ਼ੋਅ ਛੱਡੇ ਮੇਰਾ ਇੱਕ ਵੀ ਸੀਨ ਨਹੀਂ ਉਹਨਾਂ ਨੇ ਕੱਢਿਆ, ਤਾਂ ਫਿਰ ਮੈਨੂੰ ਇਸ ਗੱਲ ਦਾ ਦੁੱਖ ਹੋਇਆ। ਮੈਨੂੰ ਫਿਰ ਮੈਂ ਆਪਣੇ ਕਿਉਂਕਿ ਮੈਂ ਸੋਚਦਾ ਵੀ ਜਿਸ ਚੀਜ਼ ਨਾਲ ਮੇਰੀ ਇੱਕ ਪਹਿਚਾਣ ਬਣੀ ਮੈਂ ਉਸ ਚੀਜ਼ ਤੋਂ ਨਾ ਦੂਰ ਹੋਵਾਂ, ਉਹਨੂੰ ਪ੍ਰੈਫਰੈਂਸ ਦੇ ਕੇ ਚੱਲਾਂ। ਹਾਂ, ਮੈਂ ਉਦੋਂ ਫਿਲਮਾਂ ਦਾ ਰੂਟੀਨ ਘੱਟ ਕਰ ਦਿੱਤਾ ਸੀ, ਤਾਂ ਮੈਂ ਫਿਰ ਗਾਇਕੀ ਵੱਲ ਜ਼ਿਆਦਾ ਰੱਖਿਆ, ਨਹੀਂ ਤਾਂ ਉਦੋਂ ਉਸ ਤੋਂ ਬਾਅਦ ਮੈਂ ਜਿੰਨੀਆਂ ਮਰਜ਼ੀ ਫਿਲਮਾਂ ਕਰੀ ਜਾਂਦਾ ਜੀ। ਹਾਂਜੀ ਬਿਲਕੁਲ, ਅਤੇ ਇੱਕ ਜਿਵੇਂ ਹੁਣ ਮਤਲਬ ਕਿ ਪੂਰਾ ਪ੍ਰਗਟ ਪਾਗੋ ਇੱਕ ਪੂਰੀ ਦੁਨੀਆ ਦੇ ਵਿੱਚ ਵੱਡਾ ਨਾਂ ਰਿਹਾ ਹੈ, ਅਤੇ ਇੰਟਰਨੈਸ਼ਨਲ ਸ਼ੋਅਜ਼ ਵੀ ਕੀਤੇ ਜੀ ਜੀ, ਉਹਨਾਂ ਦੇ ਕੋਈ ਐਸੀ ਕੋਈ ਯਾਦਗਾਰ? ਹਾਂਜੀ, ਇੰਟਰਨੈਸ਼ਨਲ ਸ਼ੋਅ ਕਿਉਂਕਿ ਉੱਥੇ ਵੀ ਗੁਰਦਾਸ ਭਾਅ ਜੀ ਨੇ ਮੇਰੀ ਬੜੀ ਹੈਲਪ ਕੀਤੀ, ਤਾਂ ਇੱਕ ਵਾਰੀ ਮੈਂ ਇੰਗਲੈਂਡ ਜਾਣਾ ਸੀ ਤਾਂ ਉਹਨਾਂ ਨੇ ਉੱਥੇ ਵੀ ਪਹਿਲਾਂ ਕਾਲ ਕਰ ਦਿੱਤੀ ਜੀ ਕਿ ਕਹਿੰਦੇ ਆ ਕਰਕੇ ਪ੍ਰਗਟ ਆ ਰਿਹਾ ਇੱਥੇ, ਅਤੇ ਤੁਸੀਂ ਇਹਦਾ ਧਿਆਨ ਰੱਖਣਾ, ਤਾਂ ਉੱਥੇ ਕੁਛ ਮੇਰੇ ਨਾਲ ਵਾਪਰਿਆ ਵੀ ਇੱਦਾਂ ਦੀਆਂ ਘਟਨਾਵਾਂ, ਪਰ ਉਹਨਾਂ ਨੇ ਦੋਸਤਾਂ ਨੇ ਮੇਰੀ ਬੜੀ ਮਦਦ ਕੀਤੀ, ਮੇਰਾ ਉੱਥੇ ਪਾਸਪੋਰਟ ਰੱਖ ਲਿਆ ਉਹਨਾਂ ਨੇ। ਅੱਛਾ ਜੀ। ਹਾਂਜੀ, ਸਾਡਾ ਉਹਨਾਂ ਦਾ 40 ਦਿਨਾਂ ਦਾ ਕੰਟਰੈਕਟ ਸੀ, ਅਤੇ ਉਹਨਾਂ ਨੇ ਡੇਟ ਨਹੀਂ ਪਾਈ, ਮੈਨਸ਼ਨ ਨਹੀਂ ਕੀਤੀ ਕਿ ਕਿਸ ਡੇਟ ਤੋਂ ਹੈ, ਤਾਂ ਫਿਰ ਜਦੋਂ ਸਾਨੂੰ ਲੈ ਕੇ ਗਏ 40 ਦਿਨ ਖਤਮ ਹੋ ਗਏ, 12 ਸ਼ੋਅ ਕਰਨੇ ਸੀ, ਉਹਨਾਂ ਨੇ 8 ਹੀ ਕਰਵਾਏ। ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਤੁਹਾਡੀ ਜਿਹੜੀ ਡੇਟ ਤੋਂ ਅਸੀਂ ਸ਼ੋਅ ਸ਼ੁਰੂ ਕਰਨੇ ਚੱਲੇ ਉਸ ਦਿਨ ਤੋਂ 40 ਦਿਨ ਗਿਣ ਲਓ ਤੁਹਾਡੇ ਹੋ ਗਏ, ਨਹੀਂ ਜੀ ਅਸੀਂ ਤਾਂ ਨਹੀਂ। ਪਾਸਪੋਰਟ ਉਹਨਾਂ ਨੇ ਮੇਰੇ ਰੱਖ ਲਏ, ਪਾਸਪੋਰਟ ਦੇਣ ਨਾ, ਫਿਰ ਇਹਨਾਂ ਨੇ ਮੈਨੂੰ ਧਾਮੀ ਭਾਅ ਜੀ ਸੀ, ਲੱਖੀ ਭਾਅ ਜੀ ਸੀ, ਅਤੇ ਆਪਣੇ ਆਪਣਾ ਜਲੰਧਰ ਤੋਂ ਹੈ ਸਾਡੇ ਤੂਰ ਭਾਅ ਜੀ ਹੈ ਜੀ, ਉਹਨਾਂ ਨੇ ਕੁਲਵੰਤ ਤੂਰ ਜੀ ਜੀ ਜੀ, ਅਤੇ ਉਹਨਾਂ ਨੇ ਫਿਰ ਮੈਨੂੰ ਸਾਰਾ ਕੁਛ ਅਰੇਂਜ ਕਰਵਾ ਕੇ ਫਿਰ ਮੈਨੂੰ ਇੱਧਰ ਇੰਡੀਆ। ਉਦੋਂ ਮੋਬਾਈਲ ਫੋਨਸ ਵਗੈਰਾ ਵੀ ਨਹੀਂ ਨਾ ਹੁੰਦੇ ਸੀਗੇ, ਮੋਬਾਈਲ ਉੱਥੇ ਇੰਗਲੈਂਡ ਤੇ ਸੀ, ਇੰਗਲੈਂਡ ਦਾ। ਹਾਂਜੀ, ਬਟ ਇੱਥੇ ਮੈਂ ਕਹਿ ਰਿਹਾ ਕਿ ਤੁਸੀਂ ਇੱਥੇ ਕੰਟੈਕਟ ਨਹੀਂ ਕਰ ਸਕਦੇ ਸੀ, ਉਹ ਲੈਂਡਲਾਈਨਸ ਵਗੈਰਾ। ਹਾਂਜੀ ਹਾਂਜੀ, ਉਦੋਂ ਲੈਂਡਲਾਈਨ ਤੇ ਗੱਲ ਹੁੰਦੀ ਸੀ। ਹਾਂਜੀ, ਤੇ ਉਦਾਂ ਨਹੀਂ ਸੀ ਹੁੰਦਾ, ਪਰ ਉਹਨਾਂ ਨੇ ਮੇਰੀ ਬਹੁਤ ਉਦੋਂ ਹੈਲਪ ਕੀਤੀ, ਉਹ ਥੋੜਾ ਜਿਹਾ ਮੈਨੂੰ ਕਰ ਗਿਆ, ਉਹ ਧੱਕਾ ਬੰਦਾ ਮੇਰੇ ਨਾਲ। ਅੱਛਾ ਜੀ। ਹਾਂਜੀ, ਚਲੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਪੁਰਾਣੀਆਂ ਟੀਮਸ ਦੀਆਂ, ਕਿਉਂਕਿ ਇਹ ਗੱਲ ਬਹੁਤ ਫੇਮਸ ਹੈ ਕਿ ਪੁਰਾਣੀਆਂ ਟੀਮਸ ਜ਼ਿਆਦਾ ਵਧੀਆ ਹੁੰਦੀਆਂ ਸੀਗੀਆਂ, ਜਿੰਨੇ ਭਾਵੇਂ ਉਹ ਮਿਊਜ਼ਿਕ ਡਾਇਰੈਕਸ਼ਨ 'ਚ ਲਗਾ ਲਓ, ਵੀਡੀਓ ਡਾਇਰੈਕਸ਼ਨ ਦੇ ਵਿੱਚ ਲਗਾ ਲਓ, ਕਿਸੇ ਵੀ ਪਾਸੇ ਨੂੰ ਲਗਾ ਲਓ, ਪਹਿਲਾਂ ਵਾਲੇ ਬੰਦੇ ਜ਼ਿਆਦਾ ਬੌਂਡਿੰਗ ਰੱਖਦੇ ਸੀਗੇ ਅਤੇ ਨਿਭਾਉਂਦੇ ਵਧੀਆ ਸੀਗੇ, ਅਤੇ ਤੁਹਾਡੀ ਕਿਹਦੇ ਕਿਹਦੇ ਨਾਲ ਜ਼ਿਆਦਾ ਬੌਂਡਿੰਗ ਰਹੀ ਹੈ, ਕਿਹੜੇ ਕਿਹੜੇ ਮਿਊਜ਼ਿਕ ਡਾਇਰੈਕਟਰਸ ਦੇ ਨਾਲ ਕੰਮ ਕੀਤਾ, ਉਹ ਸਾਰੀ ਗੱਲਾਂ ਬਾਤਾਂ? ਤੁਹਾਡੇ ਫਾਦਰ ਦੇ ਨਾਲ ਹੀ ਰਹੀ ਹੈ, ਜਸਵਿੰਦਰ ਜੱਸੀ, ਉਹ ਮਤਲਬ ਉਦੋਂ ਕੈਮਰਾ ਅਪਰੇਟ ਕਰਦੇ ਸੀ ਜੀ, ਅਤੇ ਉਹਨਾਂ ਨੇ ਮੇਰੇ ਸੌਂਗ ਕੀਤੇ ਆ ਜੀ, ਗੌਰਵ ਤ੍ਰੇਹਨ ਜੀ ਲਈ ਉਹਨਾਂ ਨੇ ਉਦੋਂ ਜੀ ਸੌਂਗ ਕਰ ਰਹੇ। ਹਾਂਜੀ, ਤੋਰ ਪ੍ਰੀਤੋ ਤੇਰੀ,
ਉਹਨਾਂ ਨੇ ਬੜਾ ਦਿਲ ਲਗਾ ਕੇ ਬੜਾ ਮਜ਼ਾ ਆਉਂਦਾ ਸੀ ਉਦੋਂ ਜੀ, ਕਿਉਂਕਿ ਹਸਮੁਖ ਜਿਹੜਾ ਬੰਦਾ ਹੱਸਦਾ ਰਹੇ ਨਾ ਜੀ, ਦੂਸਰੇ ਨੂੰ ਵੀ ਐਨਰਜੀ ਦਿੰਦਾ, ਐਨਰਜੀ ਮਿਲਦੀ, ਮੈਨੂੰ ਬੜਾ ਅੱਛਾ ਲੱਗਦਾ ਸੀ। ਅਤੇ ਹੁਣ ਵੀ ਉਹਨਾਂ ਨਾਲ ਇਸ ਵੇਲੇ ਵੀ ਕੰਮ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਬਾਕੀ ਜਿੱਥੇ ਤੱਕ ਟੀਮ ਮਿਊਜ਼ਿਕ ਦੀਆਂ ਰਹਿ ਗਈਆਂ, ਬਾਕੀ ਉਦੋਂ ਬੜਾ ਅੱਛਾ ਲੱਗਦਾ ਸੀ। ਸਭ ਤੋਂ ਪਹਿਲਾਂ ਤਾਂ ਜਦੋਂ ਸਟੂਡੀਓ ਜਾ ਕੇ ਬਹਿੰਦੇ ਸੀ ਨਾ, ਹਾਂਜੀ, ਅਤੇ ਜਿੰਨੇ ਵੀ ਮਿਊਜ਼ੀਸ਼ੀਅਨ ਹੁੰਦੇ ਸੀਗੇ ਉਹ ਆ ਕੇ ਨਵੀਆਂ ਨਵੀਆਂ ਗੱਲਾਂ ਸੁਣਾਉਂਦੇ, ਪਹਿਲਾਂ ਤਾਂ ਉੱਥੋਂ ਮੂਡ ਬਣਾਉਂਦੇ, ਆ ਕੇ ਰੌਣਕਾਂ ਲੱਗਦੀਆਂ, ਅਤੇ ਆਪਣਾ ਉੱਧਰੋਂ ਤਬਲਾ ਤਬਲਾ ਵੀ ਕਰਦੇ ਹੁੰਦੇ, ਆਪਣੇ ਟਿਊਨਿੰਗ ਟਿਊਨਿੰਗ ਸਾਰੀ ਹੋ ਰਹੀ, ਨਾਲ ਹੱਸਦੇ ਰਹਿੰਦੇ ਖੇਡਦੇ ਰਹਿੰਦੇ। ਬਾਕੀ ਸੁਰਿੰਦਰ ਬੱਚਨ ਜੀ, ਵਰਿੰਦਰ ਬੱਚਨ ਜੀ, ਇਹਨਾਂ ਨਾਲ ਬਹੁਤ ਕੰਮ ਕੀਤੇ ਮੈਂ, ਵਰਿੰਦਰ ਬੱਚਨ ਜੀ ਨਾਲ ਕੀਤੀ ਸੀ ਮੇਰਾ ਢੋਲ ਪਟਵਾਰੀ ਜੀ, ਅਤੇ ਬਾਕੀ ਉਸ ਤੋਂ ਬਾਅਦ ਕਾਫੀ ਕੈਸਟਾਂ ਸੁਰਿੰਦਰ ਬੱਚਨ ਜੀ ਨਾਲ। ਹਾਂਜੀ, ਤਾਂ ਉਹ ਜਿਹੜਾ ਮਾਹੌਲ ਹੁੰਦਾ ਸੀ ਨਾ, ਉਹ ਇੱਕ ਆਰਟਿਸਟ ਨੂੰ ਇੱਦਾਂ ਲੱਗਦਾ ਸੀ ਕਿ ਫੈਮਿਲੀ ਦੇ ਵਿੱਚ ਆ ਗਏ ਹਾਂ, ਤਾਂ ਉਹ ਜੇ ਕੁਛ ਨਹੀਂ ਵੀ ਮੂਡ ਬਣਦਾ ਸੀ ਉਹ ਬਣਾ ਦਿੰਦੇ ਸੀ ਜੀ। ਅਤੇ ਫਿਰ ਜਦੋਂ ਜਨੂਨ ਵੀ ਹੁੰਦਾ ਸੀਗਾ ਹੈ ਨਾ, ਉਦੋਂ ਜਨੂਨ ਵੀ ਬਹੁਤ ਜ਼ਿਆਦਾ ਹੁੰਦਾ ਸੀ ਹਰ ਇੱਕ ਦੇ ਬੰਦੇ। ਬਿਲਕੁਲ ਬਿਲਕੁਲ ਬਿਲਕੁਲ, ਬਾਕੀ ਇੱਕ ਬੜਾ ਅੱਛਾ ਲੱਗਦਾ ਸੀ ਉਹ ਮਿਊਜ਼ਿਕ ਡਾਇਰੈਕਟਰ ਜਦੋਂ ਜਾਂਦੇ ਸੀ ਤੁਹਾਨੂੰ ਪਿਆਰ ਕਰਦੇ ਸੀ, ਹਾਂਜੀ ਠੀਕ ਹੈ ਨਾ, ਇੱਕ ਇੰਨੇ ਪਿਆਰ ਨਾਲ ਮਿਲਦੇ ਸੀ। ਸੁਰਿੰਦਰ ਬੱਚਨ ਜੀ ਨੇ ਕੋਈ ਕਮੀ ਨਹੀਂ ਛੱਡੀ, ਬਹੁਤ ਬਹੁਤ ਪਿਆਰ ਨਾਲ ਵਰਿੰਦਰ ਬੱਚਨ ਜੀ ਨੇ, ਅਤੇ ਅੱਜ ਤਾਂ ਦੀਪਰਾਗ ਜੀ ਉਹਨਾਂ ਦੇ ਬੇਟੇ ਆ, ਉਹਨਾਂ ਨੇ ਬੜਾ ਉਹਨੂੰ ਰੰਗ ਭਾਲ ਲੱਗੇ ਆ, ਮਾਲਕ ਹੋਰ ਵੀ ਤਰੱਕੀਆਂ ਬਖਸ਼ੇ। ਅਤੇ ਧੀਰਜ ਜੀ ਨਾਲ ਮੈਂ ਕੰਮ ਕੀਤਾ। ਅੱਜ ਦੀ ਟੀਮ ਤਾਂ ਟੀਮ ਲੱਭਣੀ ਤਾਂ ਔਖੀ ਹੋ ਜਾਂਦੀ ਹੈ ਜੀ। ਅਤੇ ਹੁਣ ਆਪਾਂ ਇੱਕ ਗੱਲ ਲਾਸਟ ਵਿੱਚ ਜਾਂਦੇ ਜਾਂਦੇ ਕਰਾਂਗੇ ਕਿ ਅੱਜ ਕੱਲ੍ਹ ਪ੍ਰਗਟ ਭਾਗੂ ਜੀ ਦੀ ਜੇ ਗੱਲ ਕਰੀਏ ਆਪਾਂ, ਕਿੱਥੇ ਰਹਿ ਰਹੇ ਨੇ, ਕਿਉਂਕਿ ਤੁਹਾਨੂੰ ਬਹੁਤ ਸਾਰੇ ਫੈਨਸ ਵੀ ਮਿਸ ਕਰਦੇ ਨੇ ਅਤੇ ਪ੍ਰੋਡਿਊਸਰਸ ਵੀ ਅਪਰੋਚ ਕਰਨਾ ਚਾਹੁੰਦੇ ਹੋਣਗੇ, ਅਤੇ ਉਹਨਾਂ ਵਾਸਤੇ ਆਪਣਾ ਕੋਈ ਟਿਕਾਣਾ ਜ਼ਰੂਰ। ਜੀ ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਵੇਲੇ ਮੋਹਾਲੀ ਰਹਿ ਰਿਹਾ, ਅਤੇ ਸੰਨੀ ਇਨਕਲੇਵ ਦੇ ਵਿੱਚ ਮੈਂ ਰਹਿ ਰਿਹਾ, ਅਤੇ ਬਾਕੀ ਇਹੀ ਮੇਰਾ ਇਸ ਵੇਲੇ ਟਿਕਾਣਾ ਹੈ। ਅਤੇ ਇੱਥੋਂ ਜਿਹੜੀਆਂ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਮਿਊਜ਼ਿਕ ਦੀਆਂ, ਰੁਕਸ ਮੇਰੇ ਨਾਲ ਹੁੰਦਾ, ਸਾਰਾ ਦਿਨ ਲੱਗੇ ਰਹਿੰਦੇ ਮਿਊਜ਼ਿਕ ਦੇ ਵਿੱਚ ਲੱਗੇ ਰਹਿੰਦੇ ਹਾਂ, ਰੁਕਸ ਭਾਗੂ ਮੇਰਾ ਬੇਟਾ, ਅਤੇ ਉਹਦੇ ਨਾਲ ਮੈਂ ਮਿਊਜ਼ਿਕ ਕਰਦਾ ਰਹਿੰਦਾ, ਕਿਉਂਕਿ ਮੈਂ ਤਾਂ ਲਿਖਦਾ ਔਰ ਜਾਂ ਗਾਉਣਾ ਹੁੰਦਾ, ਬਾਕੀ ਮਿਊਜ਼ਿਕ ਉਸਨੇ ਕਰਨਾ। ਬਾਕੀ ਉਹ ਵੀ ਸਿੰਗਿੰਗ ਦੇ ਵਿੱਚ ਹੈ ਜੀ, ਹਾਂਜੀ, ਸਿੰਗਿੰਗ ਦੇ ਵਿੱਚ ਵੀ ਮਿਊਜ਼ਿਕ ਵੀ ਕਰਦਾ। ਬਾਕੀ ਮੇਰੀ ਬੇਟੀ ਹੈ, ਕਿਉਂਕਿ ਵਾਈਫ ਦੀ ਤਾਂ ਮੇਰੀ ਡੈਥ ਹੋ ਗਈ ਸੀ, ਬਾਕੀ ਬੇਟੇ ਦੀ ਵਾਈਫ ਹੈ, ਇੱਕ ਮੇਰਾ ਪੋਤਾ ਹੈ ਸ਼ਹਿਜ਼ਾਨ, ਹੈਪੀ ਫੈਮਿਲੀ। ਬਿਲਕੁਲ ਬਿਲਕੁਲ, ਬਹੁਤ ਪਰਿਵਾਰ ਦੇ ਵਿੱਚ। ਐਕਚੁਲੀ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਜਦੋਂ ਮੇਰੀ ਵਾਈਫ ਦੀ ਡੈਥ ਹੋਈ ਸੀ, ਮੇਰੇ ਲਈ ਉਹ ਮੇਰੀ ਦੋਸਤ ਵੀ ਸੀ, ਮੇਰੀ ਮਾਂ ਵੀ ਸੀ ਔਰ ਮੇਰੀ ਵਾਈਫ ਵੀ ਸੀ। ਉਹਨੇ ਮੈਨੂੰ ਇੱਕ ਵਾਰੀ ਕਿਹਾ, ਕਹਿੰਦੀ ਮੈਨੂੰ ਤਾਂ ਤਿੰਨ ਬੱਚੇ ਪਾਲਣੇ ਪੈ ਰਹੇ ਆ। ਮੈਂ ਕਿਹਾ ਯਾਰ ਤਿੰਨ ਬੱਚੇ ਆਪਣੇ, ਦੋ ਬੱਚੇ ਆ ਬੇਟਾ ਬੇਟੀ। ਕਹਿੰਦੀ ਤੁਸੀਂ ਵੀ ਤਾਂ ਮੇਰੇ ਲਈ ਬੱਚੇ ਹੋ, ਔਰ ਮੈਂ ਵਾਕਈ ਉਹਦੇ ਲਈ ਬੱਚਾ ਸੀ, ਕਿਉਂਕਿ ਉਹ ਜੋ ਉਹ ਇੱਕ ਗ੍ਰੇਟ ਲੇਡੀ, ਉਸਨੂੰ ਮੈਂ ਹਮੇਸ਼ਾ ਸੈਲੂਟ ਕਰਦਾ, ਅਤੇ ਉਸਨੇ ਜੋ ਮੇਰੇ ਲਈ ਕੀਤਾ ਜ਼ਿੰਦਗੀ ਦੇ ਵਿੱਚ, ਮੈਂ ਹਮੇਸ਼ਾ ਉਹਦਾ ਦੇਣਦਾਰ ਹਾਂ। ਅਤੇ ਉਸ ਤੋਂ ਬਾਅਦ, ਉਸਦੇ ਜਾਣ ਤੋਂ ਬਾਅਦ ਸ਼ਾਇਦ ਮੈਂ ਇਸ ਚੀਜ਼ ਨੂੰ, ਸਦਮੇ ਨੂੰ ਬਰਦਾਸ਼ਤ ਨਾ ਕਰ ਪਾਉਂਦਾ, ਪਰ ਮੇਰੇ ਬੱਚਿਆਂ ਨੇ ਮੇਰੇ ਨਾਲ ਇੰਨਾ ਫਰੈਂਡਲੀ ਰਹੇ ਆ, ਮੈਨੂੰ ਉਹਨਾਂ ਨੇ ਮਹਿਸੂਸ ਹੋਣ ਹੀ ਨਹੀਂ ਦਿੱਤਾ ਹਮੇਸ਼ਾ ਵੀ ਪਾਪਾ ਅਸੀਂ ਤੇਰੇ ਨਾਲ ਖੜੇ ਹਾਂ, ਫਿਕਰ ਨਹੀਂ ਕਰਨਾ। ਹਰ ਸਮੇਂ ਇੱਕ ਉਹਨਾਂ ਨੇ ਮਾਹੌਲ ਨੂੰ ਇੱਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਆ ਕਿ ਪੋਜ਼ਿਟਿਵ ਰਹੇ, ਪਾਪਾ ਨੂੰ ਸੰਭਾਲ ਕੇ ਰੱਖਣਾ ਜੀ। ਬਿਲਕੁਲ, ਜ਼ਿੰਦਗੀ ਦੇ ਵਿੱਚ ਇੱਦਾਂ ਦੇ ਅਗਰ ਬੱਚੇ, ਮੈਂ ਕਹਿੰਦਾ ਸਭ ਦੇ ਹੋਣ ਜੋ ਉਹਨਾਂ ਨੇ ਮੈਨੂੰ ਸੰਭਾਲ ਕੇ ਰੱਖਿਆ ਜੀ। ਪਰਮਾਤਮਾ ਕਰੇ ਇਸੇ ਤਰ੍ਹਾਂ ਸਾਰੇ ਮਤਲਬ ਕਿ ਵਧੀਆ ਤਰੀਕੇ ਨਾਲ ਹੱਸਦੇ ਵੱਜਦੇ ਰਹੋ, ਅਤੇ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਤੇ ਅਸੀਂ ਬੈਸਟ ਵਿਸ਼ਿਸ ਪਹਿਲਾਂ ਸਾਡੀ ਪੂਰੀ ਟੀਮ ਵੱਲੋਂ ਕਿ ਤੁਹਾਡੇ ਆਉਣ ਵਾਲੇ ਜਿਹੜੇ ਪ੍ਰੋਜੈਕਟਸ ਨੇ ਉਹ ਹਿੱਟ ਜਾਣ। ਅਤੇ ਹੁਣ ਜਾਂਦੇ ਜਾਂਦੇ ਕੋਈ ਮੈਸੇਜ ਜਾਂ ਕੋਈ ਮੈਸੇਜ ਦੇ ਰੂਪ ਦੇ ਵਿੱਚ ਕੋਈ ਗਾਣਾ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਮੈਸੇਜ ਤਾਂ, ਕਿਉਂਕਿ ਮੈਂ ਲੈਣ ਆਇਆ, ਮੈਨੂੰ ਸਰੋਤੇ ਆਪਣਾ ਮੈਸੇਜ ਦੇਣ ਕਿ ਕਿੱਦਾਂ ਦਾ ਕਰਨਾ ਚਾਹੀਦਾ, ਹੋਰ ਕੀ ਕਰਨਾ ਚਾਹੀਦਾ। ਬਾਕੀ ਇੱਕ ਮੈਂ ਗਾਣਾ ਗਾ ਦਿੰਦਾ, ਅਤੇ ਮੈਨੂੰ ਬੜਾ ਅੱਛਾ ਲੱਗਿਆ ਉਹ ਗਾਣਾ, ਲੋਕਾਂ ਨੇ ਬਹੁਤ ਪਸੰਦ ਕੀਤਾ ਜੀ, ਉਹ ਵੀ ਇੱਕ ਮੈਸੇਜ ਹੀ ਹੈ ਜੀ। ਅਤੇ ਨਿੱਤ ਨਵੇਂ ਫੈਸ਼ਨਾਂ 'ਤੇ ਡੁੱਲ ਗਈ ਕੁੜੀ, ਤੀਆਂ ਤੇ ਤਰਿੰਜਣਾਂ ਨੂੰ ਭੁੱਲ ਗਈ ਕੁੜੀ, ਹਾਓ ਨਿੱਤ ਨਵੇਂ ਫੈਸ਼ਨਾਂ 'ਤੇ ਡੁੱਲ ਗਈ ਕੁੜੀ, ਤੀਆਂ ਤੇ ਤਰਿੰਜਣਾਂ ਨੂੰ ਭੁੱਲ ਗਈ ਕੁੜੀ, ਬਿਊਟੀ ਪਾਰਲਾਂ ਦੇ ਬੂਹੇ ਅੱਗੇ ਜੁੜੇ ਬਹਿੰਦੀਆਂ ਨੇ, ਹੁਣ ਕੁੰਜਾਂ ਦੀਆਂ ਡਾਰਾਂ ਉਹ ਚਰਖੇ ਸੁਣੇ ਪਏ, ਕਿੱਧਰ ਗਈਆਂ ਮੁਟਿਆਰਾਂ ਚਰਖੇ ਸੁਣੇ ਪਏ, ਕਿੱਧਰ ਗਈਆਂ ਮੁਟਿਆਰਾਂ, ਉਹ ਹੁਸਨ ਵਿਖਾਵਾ ਬਣ ਚੱਲਿਆ, ਜੋ ਪਰਦੇ ਹੇਠਾਂ ਕੱਜਦੀ ਸੀ
ਹੁਣ ਧੌਣ ਮਸਾਂ ਹੀ ਕੱਜਦੀ ਇਹੋ ਜਿਹੜੀ ਗੁੱਤ ਗਿੱਟਿਆਂ ਵਿੱਚ ਵੱਜਦੀ ਸੀ ਖੰਭ ਲਾ ਕੇ ਉੱਡ ਗਈਆਂ ਤੀਆਂ ਵਿੱਚ ਰੌਣਕਾਂ ਨਾ ਗਿੱਧਿਆਂ 'ਚ ਦਿਸਣ ਬਹਾਰਾਂ ਉਹ ਚਰਖੇ ਸੁਣੇ ਪਏ ਕਿੱਧਰ ਗਈਆਂ ਮੁਟਿਆਰਾਂ ਚਰਖੇ ਸੁਣੇ ਪਏ ਕਿੱਧਰ ਗਈਆਂ ਮੁਟਿਆਰਾਂ ਕਿਆ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਲਾਸਟ ਵਿੱਚ ਇੱਕ ਮੈਸੇਜ ਵੀ ਹੋ ਗਿਆ ਅਤੇ ਗਾਣਾ ਵੀ ਹੋ ਗਿਆ ਜੀ 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 ਬਹੁਤ ਵਧੀਆ ਸੋ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਸਟੂਡੀਓ ਪਹੁੰਚੇ ਅਤੇ ਆਪਣਾ ਕੀਮਤੀ ਟਾਈਮ ਦਿੱਤਾ ਮੈਂ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਬੁਲਾ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਇਆ ਔਰ ਚੈਨਲ ਸਤਰੰਗ ਰਾਹੀਂ ਮੈਂ ਲੋਕਾਂ ਦੇ ਰੂਬਰੂ ਹੋਵਾਂਗਾ ਅਤੇ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਮੈਂ ਦੁਆ ਕਰਦਾ ਕਿ ਤੁਹਾਡਾ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਇੱਦਾਂ ਹੀ ਆਰਟਿਸਟਾਂ ਨੂੰ ਲੋਕਾਂ ਦੇ ਰੂਬਰੂ ਕਰਦਾ ਰਹੇ ਥੈਂਕ ਯੂ ਸੋ ਮੱਚ ਜੀ ਸੋ ਇਸੇ ਤਰ੍ਹਾਂ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀਜ਼ ਦੇ ਰੂਬਰੂ ਕਰਵਾਉਂਦੇ ਰਹਾਂਗੇ ਜੀ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੀਂ ਸੈਲੀਬ੍ਰਿਟੀ ਦੇ ਨਾਲ ਤਦ ਤੱਕ ਦੇ ਸਾਨੂੰ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਪ੍ਰਗਟ ਭਾਗੂ ਚੈਨਲ ਸਤਰੰਗ 'ਤੇ ਤੁਸੀਂ ਮੇਰੀ ਇੰਟਰਵਿਊ ਦੇਖੀ ਉਮੀਦ ਕਰਦਾ ਕਿ ਤੁਹਾਨੂੰ ਇਹ ਅੱਛੀ ਲੱਗੀ ਹੋਏਗੀ ਜਿਨ੍ਹਾਂ ਨੇ ਚੈਨਲ ਸਤਰੰਗ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਨਵੀਆਂ ਅਪਡੇਟਸ ਮਿਲਦੀਆਂ ਰਹਿਣ ਸਤਿ ਸ਼੍ਰੀ ਅਕਾਲ